ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਦੇਖ ਰਹੇ ਹੋ ਗੈਵੀ ਚੌਹਾਨ ਵਲੌਗਜ਼। ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਹੈ ਕਿ ਕਨੇਡਾ ਤੋਂ ਲਗਭਗ ਜਿਹੜੇ ਸਟੂਡੈਂਟਾਂ ਦਾ ਮੋਹ ਭੰਗ ਹੋ ਚੁੱਕਿਆ। ਬਠਿੰਡੇ ਜ਼ਿਲ੍ਹੇ ਦੇ ਲਗਭਗ ਸੈਂਕੜੇ ਸਟੂਡੈਂਟ ਆ ਜਿਹੜੇ ਉਹ ਵਾਪਸ ਆ ਗਏ ਆ ਕਨੇਡਾ ਨੂੰ ਛੱਡ ਕੇ। 100 ਸਟੂਡੈਂਟ ਦੇ ਵਾਪਸ ਆਉਣ ਦੀ ਖਬਰ ਹੈ। ਅਤੇ ਸਾਡੇ ਇੱਕ ਵੀਰ ਆ, ਬਹੁਤ ਹੀ ਸਤਿਕਾਰਯੋਗ ਦੈਨਿਕ ਜਾਗਰਣ ਦੇ ਸਟਾਫ ਰਿਪੋਰਟਰ ਹੈ, ਉਹਨਾਂ ਨੇ ਮੇਰੇ ਤੱਕ ਨਿਊਜ਼ ਪਹੁੰਚਾਈ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ 100 ਸਟੂਡੈਂਟ ਲਗਭਗ ਵਾਪਸ ਆ ਚੁੱਕੇ ਆ। ਅਤੇ ਉਹਨਾਂ ਨੇ ਬਹੁਤ ਹੈਰਾਨੀਜਨਕ ਜਿਹੜੇ ਖੁਲਾਸੇ ਆ ਕੈਨੇਡਾ ਬਾਰੇ ਕੀਤੇ ਆ, ਜਿਨ੍ਹਾਂ ਦੇ ਵਿੱਚੋਂ ਇੱਕ ਗੁਰਸ਼ਰਨ ਸਿੰਘ ਹੈ ਅਤੇ ਇੱਕ ਅਮਨਦੀਪ ਵਾਰ ਹੈ। ਉਹਨਾਂ ਨੇ ਕਿਹਾ ਵੀ ਅਸੀਂ ਸੁਨਹਿਰੇ ਭਵਿੱਖ ਨੂੰ ਵੇਖਦੇ ਹੋਏ ਕੈਨੇਡਾ ਗਏ ਸੀਗੇ, 25 ਲੱਖ ਰੁਪਈਆ ਲਾਇਆ ਸੀਗਾ, ਅਤੇ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਸਾਡੀ ਜਿਹੜੀ ਹੈਗੀ ਆ ਕਹਾਣੀ ਉੱਥੇ ਇੱਕ ਹੋਰ ਨਿਕਲੀ। ਅਤੇ ਜਿਹੜਾ 25 ਲੱਖ ਲਾਇਆ ਸੀਗਾ ਉਹ ਵੀ ਲੱਗਦਾ ਵੀ 25 ਸਾਲਾਂ 'ਚ ਵੀ ਪੂਰਾ ਨਹੀਂ ਹੋਣਾ, ਅਜਿਹੇ ਹਾਲਾਤ ਹੈ। ਅਤੇ ਜਿਹੜਾ ਦੂਜਾ ਲੜਕਾ ਪਵਾਰ ਹੈ, ਉਹਨੇ ਗੱਲ ਦੱਸੀ ਹੈ ਕਿ ਸਾਨੂੰ ਕੰਮ ਦੀ ਥਾਂ 'ਤੇ ਮਜ਼ਦੂਰੀ ਮਿਲ ਰਹੀ ਹੈ, ਵੀ ਮਜ਼ਦੂਰੀ ਤੋਂ ਵੀ ਜਿਹੜੇ ਹੈਗੇ ਆ ਛੋਟੇ ਲੈਵਲ ਦਾ ਕੰਮ ਆ ਸਾਨੂੰ ਦਿੱਤਾ ਜਾ ਰਿਹਾ, ਅਤੇ ਉਨਾ ਮਿਹਨਤਾਨਾ ਵੀ ਮਿਲ ਨਹੀਂ ਰਿਹਾ ਗਾ, ਜਿਹਦੇ ਕਰਕੇ ਸਾਡਾ ਜਿਹੜਾ ਗੁਜ਼ਾਰਾ ਹੋਣਾ ਵੀ ਮੁਸ਼ਕਲ ਹੋਇਆ ਪਿਆ ਸੀਗਾ। ਅਤੇ ਬਾਕੀ ਮਹਿੰਗਾਈ, ਉਹਨਾਂ ਨੇ ਦੱਸਿਆ ਵੀ ਮਹਿੰਗਾਈ ਇੰਨੀ ਵੱਧ ਚੁੱਕੀ ਆ ਕਿ ਉੱਥੇ ਕੋਈ ਸਕੋਪ ਹੈ ਨਹੀਂ ਸਟੂਡੈਂਟ ਦਾ। ਅਤੇ ਇਸ ਕਰਕੇ ਉਹਨਾਂ ਨੇ ਡਿਸਾਈਡ ਕੀਤਾ ਵੀ ਸਾਡੀ ਜਿਹੜੀ ਪੜ੍ਹਾਈ ਦੀ ਹੁਣ ਤੱਕ ਅਸੀਂ ਪੜ੍ਹਾਈ ਕੀਤੀ ਆ ਉਹਦੀ ਵੈਲਿਊ ਹੈ ਨਹੀਂ, ਤਾਂ ਉਹਨਾਂ ਨੇ ਵਾਪਸ ਆਉਣ ਦਾ ਮਨ ਬਣਾਇਆ ਅਤੇ ਵਾਪਸ ਆ ਗਏ। 100 ਸਟੂਡੈਂਟ ਮੈਂ ਜਿਵੇਂ ਗੱਲ ਕਰ ਰਿਹਾ ਸੀਗਾ ਸਿਰਫ ਬਠਿੰਡੇ ਜ਼ਿਲ੍ਹੇ ਤੋਂ ਵਾਪਸ ਆਇਆ। ਅਤੇ ਥੋੜ੍ਹੇ ਦਿਨ ਪਹਿਲਾਂ ਮੈਂ ਇੱਕ ਪੋਸਟ ਪਾਈ ਸੀਗੀ, ਉਹਦੇ ਵਿੱਚ 35 ਸਟੂਡੈਂਟ ਮੋਗਾ ਤੋਂ ਵਾਪਸ ਆਉਣ ਦੀ ਖਬਰ ਹੈ। ਅਤੇ ਇੱਕ ਹੋਰ ਹੈਰਾਨੀਜਨਕ ਉਹਨਾਂ ਨੇ ਖੁਲਾਸਾ ਕੀਤਾ ਕਿ 50% ਤੋਂ ਵੀ ਵੱਧ ਜਿਹੜੇ ਸਟੂਡੈਂਟ ਆ ਆਉਣ ਲਈ ਵਾਪਸ ਆਉਣ ਲਈ ਤਿਆਰ ਬੈਠੇ ਆ, ਕਿਉਂਕਿ ਮਜਬੂਰੀਆਂ ਹੋ ਚੁੱਕੀਆਂ ਹੈਗੀਆਂ। ਉਹਨਾਂ ਨੇ ਕਿਹਾ ਵੀ ਅਸੀਂ ਘਰਦਿਆਂ ਤੋਂ ਕਿੰਨਾ ਕੁ ਚਿਰ ਪੈਸੇ ਮੰਗਾਈ ਜਾਵਾਂਗੇ, ਉਹਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੋਣਾ, ਅਤੇ ਜਿਹੜਾ ਅਸੀਂ ਉੱਥੇ ਕੰਮ ਕਰਦੇ ਹਾਂ ਉਹਦਾ ਸਾਨੂੰ ਉਨਾ ਮਿਹਨਤਾਨਾ ਨਹੀਂ ਮਿਲਦਾ। ਅਤੇ ਇੱਕ ਹੋਰ ਜਿਹੜਾ ਟ੍ਰੈਂਡ ਆ ਕੈਨੇਡਾ ਦੇ ਵਿੱਚ ਚੱਲਿਆ ਪੈਸੇ ਮਾਰਨ ਵਾਲਾ, ਇੰਪਲਾਇਰ ਪੈਸੇ ਮਾਰਦਾ ਜਿਹੜੇ ਸਟੂਡੈਂਟ ਆ ਉਹਨਾਂ ਦਾ ਸ਼ੋਸ਼ਣ ਹੁੰਦਾ ਕੰਮ ਦੇ ਨਾਂ 'ਤੇ, ਪ੍ਰੋਪਰ ਉਹਨਾਂ ਨੂੰ ਕੰਮ ਨਹੀਂ ਮਿਲਦਾ, ਜੇ ਕੰਮ ਮਿਲਦਾ ਤਾਂ ਬਹੁਤ ਘੱਟ ਉਹਨਾਂ ਨੂੰ ਮਿਹਨਤਾਨਾ ਮਿਲਦਾ। ਅਤੇ ਇਹ ਸਾਰੀਆਂ ਚੀਜ਼ਾਂ ਕਰਕੇ ਸਟੂਡੈਂਟਾਂ ਦਾ ਮੋਹ ਲਗਭਗ ਕੈਨੇਡਾ ਤੋਂ ਭੰਗ ਹੋ ਚੁੱਕਿਆ। ਆਲ ਇੰਡੀਆ ਲੈਵਲ 'ਤੇ ਦੇਖੀਏ ਜਾਂ ਪੰਜਾਬ ਲੈਵਲ 'ਤੇ ਸੈਂਕੜੇ ਸਟੂਡੈਂਟ ਆ ਜਿਹੜੇ ਵਾਪਸ ਮੁੜ ਰਹੇ ਆ। ਅਤੇ ਇੱਥੇ ਵੀ ਜਿਹੜਾ ਸਟੂਡੈਂਟਾਂ ਦੀ ਸੋਚ ਆ ਉਹ ਪੂਰੀ ਤਰ੍ਹਾਂ ਬਦਲ ਚੁੱਕੀ ਆ ਕਿ ਉਹਨਾਂ ਦਾ ਜਿਹੜਾ ਹੈਗਾ ਫਿਊਚਰ ਹੈ ਉਹ ਕੈਨੇਡਾ ਦੇ ਵਿੱਚ ਹੈ ਨਹੀਂ, ਉਹ ਫਿਊਚਰ ਇੰਡੀਆ ਦੇ ਵਿੱਚ ਜ਼ਿਆਦਾ ਬੈਟਰ ਹੋ ਸਕਦਾ। ਇਸ ਕਰਕੇ ਉਹਨਾਂ ਨੇ ਇੱਥੇ ਐਡਮਿਸ਼ਨਾਂ, ਇੱਥੇ ਗ੍ਰੈਜੂਏਸ਼ਨ ਕਰਨ ਦੇ ਵਿੱਚ ਪਹਿਲ ਦਿੱਤੀ ਆ, ਐਡਮਿਸ਼ਨਾਂ ਹੋ ਰਹੀਆਂ, ਪੜ੍ਹ ਰਹੇ ਆ ਜਵਾਕ ਇੱਥੇ। ਅਤੇ ਇੱਕ ਜਿਵੇਂ ਕੋਈ ਪੋਸਟ ਪੈਂਦੀ ਆ, ਕੋਈ ਮੁੰਡਾ ਵਾਪਸ ਆਉਂਦਾ ਉਹ ਆਪਦੀ ਸੋਸ਼ਲ ਮੀਡੀਆ 'ਤੇ ਕੋਈ ਇੰਟਰਵਿਊ ਕਰਦਾ ਵਾ ਦੱਸਦਾ, ਤਾਂ ਬਹੁਤ ਸਾਰੇ ਆਪਣੇ ਵੀਰ ਭਰਾ ਇਹ ਕਮੈਂਟ ਕਰਦੇ ਆ ਵੀ ਇਹ ਤਾਂ ਉੱਥੇ ਕੰਮ ਨਹੀਂ ਹੋਇਆਗਾ। ਅਤੇ ਮੈਂ ਉਹਨਾਂ ਨੂੰ ਇਸ ਵੀਡੀਓ ਦੇ ਜ਼ਰੇ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ ਜੇ ਕੰਮ ਕਰਨ ਵੀ ਉਹ, ਜੇ ਉਹਨਾਂ ਨੂੰ ਕੰਮ ਵੀ ਮਿਲ ਜੇ ਅਤੇ ਜਿਹੜਾ ਕੰਮ ਵੀ ਕਰਨ, ਤਾਂ ਜਿਹੜਾ 25 ਲੱਖ ਰੁਪਈਆ ਲਾ ਕੇ ਗਏ ਉਹ 25 ਲੱਖ ਕਿੰਨੇ ਸਾਲਾਂ 'ਚ ਕਮਾਉਣਗੇ, ਇਹ ਜ਼ਰੂਰ ਜ਼ਰੂਰ ਦੱਸਿਓ ਜੇ ਤੁਸੀਂ। ਇਸ ਕਰਕੇ ਅੱਜ ਦੇ ਹਾਲਾਤਾਂ ਦੇ ਹਿਸਾਬ ਨਾਲ, ਜੇ ਹਿਸਾਬ ਨਾਲ 25 ਲੱਖ ਰੁਪਈਆ ਖਰਚਾ ਗਏ ਆ, ਤਾਂ ਐਂ ਲੱਗਦਾ ਵੀ 25 ਸਾਲਾਂ 'ਚ ਵੀ ਪੂਰਾ ਨਹੀਂ ਹੋਣਾ ਗਾ। ਇਸ ਕਰਕੇ ਕਈ ਵਾਰੀ ਇਹ ਗੱਲ ਨਹੀਂ ਹੁੰਦੀ ਗੀ ਕਿ ਬੰਦੇ ਨੇ ਕੰਮ ਨਹੀਂ ਕੀਤਾ ਹੁੰਦਾ ਜਾਂ ਕੰਮ ਕਰਨ ਤੋਂ ਭੱਜਿਆ ਇਸ ਕਰਕੇ ਵਾਪਸ ਮੁੜਿਆ, ਪਰ ਬਹੁਤ ਸੂਝਵਾਨ ਕਈ ਹੁੰਦੇ ਆ ਜਵਾਕ ਜਿਹੜੇ ਆਪਦੀ ਦੂਰ ਦ੍ਰਿਸ਼ਟੀ, ਜਿਹੜੇ ਆਪਦੇ ਮਾਇੰਡ ਨਾਲ ਸੋਚਦੇ ਆ ਵੀ ਸਾਡਾ ਇੱਥੇ ਭਵਿੱਖ ਨਹੀਂ ਹੋ ਸਕਦਾ, ਅਸੀਂ ਜ਼ਿਆਦਾ ਬੈਟਰ ਇੱਥੇ ਕੁਛ ਨਹੀਂ ਕਰ ਸਕਦੇ ਜਾਂ ਸਾਡੀ ਪੜ੍ਹਾਈ ਦੀ ਇੱਥੇ ਵੈਲਿਊ ਨਹੀਂ, ਵਾਪਸ ਮੁੜ ਆਉਂਦੇ ਆ।
ਇਸ ਕਰਕੇ ਜੇ ਲੌਜੀਕਲ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਕਿਸੇ ਦਾ ਲੌਜਿਕ ਜ਼ਰੂਰ ਹੁੰਦਾ ਵਾਪਸ ਮੁੜਨ ਦਾ। ਇਸ ਕਰਕੇ ਵੀ ਓਵਰਆਲ ਜਿਹੜਾ ਆਪਾਂ ਹੁਣ ਦੇ ਟਾਈਮ 'ਚ ਦੇਖਦੇ ਹਾਂ ਵੀ ਜਿਹੜਾ ਕੈਨੇਡਾ ਤੋਂ ਸਾਰੇ ਜਿੰਨੇ ਵੀ ਸਟੂਡੈਂਟ ਆ ਉਹ ਭੰਗ ਹੋ ਚੁੱਕੇ, ਆਈਲੈਟਸ ਸੈਂਟਰ ਬੰਦ ਹੋ ਚੁੱਕੇ ਆ, ਜਵਾਕਾਂ ਨੇ ਇੱਥੇ ਕੋਰਸ ਕਰਨ ਦੇ ਵਿੱਚ ਤਰਜੀਹ ਜਿਹੜੀ ਹੈਗੀ ਦੇਣੀ ਸ਼ੁਰੂ ਕਰਤੀ ਆ। ਅਤੇ ਦੂਜੇ ਵੀ ਸਟੂਡੈਂਟ ਆ ਜਿਹੜੇ ਹੁਣ ਕਈ ਕਹਿੰਦੇ ਆ ਵੀ ਅਸੀਂ ਵਾਪਸ ਤਾਂ ਮੁੜਨਾ ਚਾਹੁੰਦੇ ਹਾਂ, ਵੀ ਆਲੇ ਦੁਆਲੇ ਘਰਦਿਆਂ ਨੂੰ ਕੀ ਜਵਾਬ ਦੇਵਾਂਗੇ ਜਾਂ ਸਾਨੂੰ ਮਿਹਣੇ ਮਾਰਨਗੇ। ਤਾਂ ਤੁਸੀਂ ਇਹ ਮਿਹਣੇ ਮੂਹਣੇ ਮਾਰਨ ਵਾਲੀ ਗੱਲ ਆ ਜਿਹੜੀ ਉਹ ਦਿਮਾਗ 'ਚੋਂ ਕੱਢ ਦਿਉ। ਤੁਸੀਂ ਆਪਦਾ ਫਿਊਚਰ ਬਣਾਉਣਾ, ਆਪਦਾ ਭਵਿੱਖ ਦੇਖਣਾ। ਜੇ ਇਹੀ ਗੱਲਾਂ 'ਤੇ ਸੋਚੇ ਗਏ ਤਾਂ ਤੁਸੀਂ ਅੱਗੇ ਕੁਛ ਨਹੀਂ ਕਰ ਸਕਦੇ। ਇਸ ਕਰਕੇ ਜੇ ਤੁਸੀਂ ਵਾਪਸ ਮੁੜਨਾ ਚਾਹੁੰਦੇ ਹਾਂ ਆਪਦੇ ਘਰਦਿਆਂ ਨਾਲ ਗੱਲ ਕਰੋ, ਉਹਨਾਂ ਨੂੰ ਕਨਵਿੰਸ ਕਰੋ, ਉਹਨਾਂ ਨੂੰ ਉੱਥੋਂ ਦੀ ਸਥਿਤੀ ਬਾਰੇ ਦੱਸੋ। ਮੈਨੂੰ ਨਹੀਂ ਲੱਗਦਾ ਫਿਰ ਤੁਹਾਡੇ ਘਰਦੇ ਤੁਹਾਡੀ ਸਪੋਰਟ ਨਹੀਂ ਕਰਨਗੇ, ਅਤੇ ਸਪੋਰਟ ਕਰਨਗੇ ਅੱਗੇ ਆ ਕੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ, ਕਿਉਂਕਿ ਜ਼ਿੰਦਗੀ ਹੈ ਤਾਂ ਸਾਰਾ ਕੁਛ ਹੈਗਾ। ਇਸ ਕਰਕੇ ਆਪਦੀਆਂ ਜ਼ਿੰਦਗੀਆਂ ਬਚਾਓ, ਜਿਹੜਾ ਵੀ ਫੈਸਲਾ ਲੈਣਾ ਸਹੀ ਟਾਈਮ 'ਤੇ ਸਹੀ ਤਰੀਕੇ ਨਾਲ ਲੈ ਲਓ। ਸਤਿ ਸ਼੍ਰੀ ਅਕਾਲ।